ਨਾ ਲੈ ਜਿਸ ਤਰ੍ਹਾਂ ਬ੍ਰੀਫ ਕੀਤਾ ਡੀ ਜੀ ਪੀ ਸਾਹਿਬ ਨੇ ਆਲਰੇਡੀ ਇਹਦੇ ਬਾਰੇ ਪ੍ਰੈਸ ਨੂੰ ਬੜਾ ਡਿਟੇਲ ਨੋਟ ਦੇ ਦਿੱਤਾ ਗਿਆ ਏ ਜੀ ਐਚ ਜਿਹੜਾ ਗਰੁੱਪ ਹੈ ਮਿਲੀਟਰੀ ਸਟੂਡੈਂਟ ਉਹਦੇ ਨਾਲ ਰਿਲੇਟਡ ਤਿੰਨ ਇਹ ਸਟੂਡੈਂਟਸ ਜਿਹੜੇ ਆ ਫੜੇ ਗਏ ਔਰ ਉਹਨਾਂ ਤੋਂ ਇੱਕ AK-47 ਪਿਸਟਲ ਆਰਮਜ਼ ਐਮੂਨੀਸ਼ਨ ਅਤੇ ਕੁਛ ਐਕਸਪਲੋਸਿਵ ਜਿਹੜਾ ਬਰਾਮਦ ਹੋਇਆ ਅਸੀਂ ਇਹਨੂੰ ਇਨਵੈਸਟੀਗੇਟ ਕਰ ਰਹੇ ਹਾਂ ਡੀਪਲੀ ਔਰ ਹਰੇਕ ਐਂਗਲ ਤੋਂ ਇਹ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਸੋ ਦੈਟ ਜਿਹੜਾ ਇਹ ਓਪਰੇਸ਼ਨ ਹੈ ਅਸੀਂ ਇਹਨੂੰ ਹੋਰ ਸਿਰੇ ਚੜ੍ਹਾ ਸਕੀਏ ਪੁਲਿਸ ਸਾਹਿਬ ਔਰ ਬਾਕੀ ਜਿਹੜੇ ਹੋਸਟਲ ਨੇ ਉੱਥੇ ਵੀ ਕਿਸ ਤਰ੍ਹਾਂ ਇੰਪਰੂਵਮੈਂਟ ਹੋਏਗੀ ਇਹਨਾਂ ਨਾਲ ਡੈਫੀਨੇਟਲੀ ਕਾਲਜ ਯੂਨੀਵਰਸਿਟੀ ਵਾਲਿਆਂ ਨਾਲ ਮੀਟਿੰਗ ਕਰਾਂਗੇ ਔਰ ਇਹਦੇ ਬਾਰੇ ਜੇ ਕੋਈ ਲੋੜ ਪਏਗੀ ਤਾਂ ਡੀ ਸੀ ਸਾਹਿਬ ਤੋਂ ਜਾਂ ਮੇਰੇ ਲੈਵਲ 'ਤੇ ਕੋਈ ਨਾ ਕੋਈ ਅਸੀਂ ਇਹਦੇ 'ਤੇ ਆਰਡਰ ਪਾਸ ਕਰ ਦਾਂਗੇ ਸੋ ਦੈਟ ਲੀਗਲ ਸ਼ੇਪ ਲੈ ਲਏ ਇਹ ਓਪਰੇਸ਼ਨ ਜੰਮੂ ਕਸ਼ਮੀਰ ਅਤੇ ਤੁਹਾਡਾ ਜੁਆਇੰਟ ਸੀਗਾ ਕਿਸ ਤਰ੍ਹਾਂ ਜਿਹੜੀ ਆ ਇਸ ਮੁੱਦੇ ਦਾ ਜਿਹੜਾ ਪੇੜ ਕਿੱਦਾਂ ਵੱਜਾ ਇਹ ਕਿਸ ਤਰ੍ਹਾਂ ਤੁਹਾਡੀ ਮਾਤ ਦੇਖੋ ਗੱਲ ਇਹ ਆ ਅਸੀਂ ਬਹੁਤ ਦੇਰ ਤੋਂ ਆਪਣੀਆਂ ਇਨਪੁੱਟ ਸ਼ੇਅਰ ਕਰਦੇ ਹਾਂ ਦੋਨੋਂ ਨੇਬਰਿੰਗ ਸਟੇਟਸ ਨੇ ਬਾਰਡਰ ਸਟੇਟਸ ਨੇ ਔਰ ਬੜਾ ਅੱਛਾ ਕੋਆਰਡੀਨੇਸ਼ਨ ਹੈ ਕੁਛ ਇਨਪੁੱਟ ਸਾਡੇ ਕੋਲ ਸੀਗੀਆਂ ਕੁਛ ਉਹਨਾਂ ਕੋਲ ਸੀਗੀਆਂ ਉਹਨੂੰ ਜਦੋਂ ਅਸੀਂ ਸਾਰਿਆਂ ਨੂੰ ਇਕੱਠਾ ਕੀਤਾ ਤਾਂ ਇਹ ਸਕਸੈਸਫੁਲ ਹੋਇਆ ਸੀ ਇੱਕ ਇਹਨਾਂ ਵਿੱਚ ਨਾਮੀ ਅੱਤਵਾਦੀ ਦਾ ਭਰਾ ਵੀ ਦੱਸਿਆ ਜਾ ਰਿਹਾ ਉਹਦਾ ਕੀ ਨਾਮ ਹੈ ਅਤੇ ਅੱਤਵਾਦੀ ਦਾ ਕੀ ਨਾਮ ਜੋ ਚੀਜ਼ ਸਾਹਮਣੇ ਲੀਗਲ ਵੇ ਆਊਟ ਵਰਕ ਆਊਟ ਕੀਤਾ ਜਾਏਗਾ ਸੋ ਦੈਟ ਇਹੋ ਜਿਹੀ ਜਿਹੜੀ ਚੀਜ਼ ਹੈ ਇਹਨੂੰ ਅੱਗੇ ਤੋਂ ਨਾ ਅਜੇ ਤੱਕ ਕੋਈ ਇਹੋ ਜਿਹੀ ਗੱਲ ਨਹੀਂ ਆਈ ਜੇ ਕੋਈ ਹੋਏਗੀ ਤਾਂ ਡੈਫੀਨੇਟਲੀ ਸ਼ੇਅਰ ਕੀਤੀ ਜਾਏ